ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਰੀਡਰ 7A 2020 ਐਡੀਸ਼ਨ ਲੈਸਨ 19 ਵਿੱਚ ਤੁਹਾਨੂੰ ਜੀ ਆਇਆਂ ਨੂੰ ਅੱਜ ਅਸੀਂ 19ਵਾਂ ਪਾਠ ਮਾਈ ਪਾਗੋ ਅਤਿਚਾਲੀ ਮੁਕਤੀਆਂ ਦੇ ਬਾਰੇ ਵਿੱਚ ਪੜਾਂਗੇ ਪਾਠ ਪੜ੍ਹਨ ਤੋਂ ਪਹਿਲੇ ਥੋੜੇ ਔਕਸ਼ਾਬਤ ਦੇਖ ਲੈਣੇ ਆ ਉਹਨਾਂ ਦੇ ਮਤਲਬ ਸਿੱਖ ਲੈਣੇ ਆ ਤੇ ਫਿਰ ਆਪਾਂ ਅੱਗੇ ਪੜਦੇ ਹਾਂ ਅਫਸੋਸ ਰਿਗਰੈਟ ਅਥਾ ਲਿਮਟਲੈਸ ਡਰਪੋਕ ਕਾਵਰ ਕੇ ਰਾ ਪਾਲਿਆ surrounded bedawa renunciation letter rakhyak bodyguard das khat signature sharm aayi or ashamed bunga living quarters mai pagoda pita pai mallo sha guru har gobind singh ji di fauj vichon si mai pago ne apne pita kol nu no shastra vidya lai ਜਦੋਂ ਛੋਟੀ ਸੀ ਤਾਂ ਉਸਨੇ ਅਨੰਦਪੁਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੀਤੇ ਉਸਦੇ ਮਨ ਵਿੱਚ ਗੁਰੂ ਜੀ ਲਈ ਅਥਾ ਪਿਆਰ ਸੀ 1705 ਵਿੱਚ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਵਜ਼ੀਰ ਖਾਨ ਦੀਆਂ ਫੌਜਾਂ ਨੇ ਘੇਰਾ ਪਾ ਕੇ ਸਭ ਰਾਹ ਬੰਦ ਕਰ ਦਿੱਤੇ ਕਿਲੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਾ ਪਰਿਵਾਰ ਅਤੇ ਬਹੁਤ ਸਿੱਖ ਬੰਦ ਸਨ ਖਾਣ ਲਈ ਕੁਝ ਨਹੀਂ ਸੀ ਸਿੱਖ ਦਰਖਤਾਂ ਦੇ ਪੱਤੇ ਖਾਂਦੇ ਫਿਰ ਪੱਤੇ ਵੀ ਝੜ ਗਏ ਹੰਡ ਵੀ ਬਹੁਤ ਸੀ 8 ਮਹੀਨੇ ਲੰਘ ਗਏ ਕੁਝ ਸਿੱਖ ਖੁਸ਼ ਨਹੀਂ ਸਨ ਉਹ ਸੋਚਦੇ ਸਨ ਕਿ ਇਸ ਬੋਖ ਨਾਲ ਤਾਂ ਉਮਰ ਜਾਣਗੇ ਉਹ ਵਾਪਸ ਆਪਣੇ ਘਰਾਂ ਵਿੱਚ ਜਾਣਾ ਚਾਹੁੰਦੇ ਸਨ ਮੁਗਲਾ ਨੇ ਕਿਹਾ ਕਿ ਜੋ ਵੀ ਸਿੱਖ ਇਹ ਕਹਿ ਦੇਣਗੇ ਕਿ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਗੁਰੂ ਨਹੀਂ ਹਨ ਉਹ ਕਿਲੇ ਤੋਂ ਬਾਹਰ ਆ ਸਕਦੇ ਹਨ ਆਪਣੇ ਘਰਾਂ ਵਿੱਚ ਵਾਪਸ ਜਾ ਸਕਦੇ ਹਨ ਉਹਨਾਂ ਤੇ ਹਮਲਾ ਨਹੀਂ ਕੀਤਾ ਜਾਵੇਗਾ ਜਾਲੀ ਸਿੱਖ ਗੁਰੂ ਗੋਬਿੰਦ ਸਿੰਘ ਜੀ ਕੋਲ ਆਏ ਅਤੇ ਉਹਨਾਂ ਨੂੰ ਕਿਹਾ ਕਿ ਉਹ ਗੁਰੂ ਦੇ ਸਿੱਖ ਨਹੀਂ ਹਨ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਇਹ ਬੇਦਾਵਾ ਲਿਖ ਕੇ ਦੇਣ ਇਹਨਾਂ ਸਿੱਖਾਂ ਨੇ ਬੇਦਾਵਾ ਲਿਖਿਆ ਉਸ ਉੱਤੇ ਆਪਣੀ ਦਸਤਖਤ ਕੀਤੀ ਅਤੇ ਗੁਰੂ ਜੀ ਨੇ ਫੜਾ ਕੇ ਬਾਹਰ ਚਲੇ ਗਏ ਮੁਗਲਾਂ ਨੇ ਉਹਨਾਂ ਨੂੰ ਆਪਣੇ ਘਰਾਂ ਵਿੱਚ ਜਾਣ ਦਿੱਤਾ ਉਹ ਤਾਂ ਖੁਸ਼ ਸਨ ਕਿ ਗੁਰੂ ਜੀ ਨੂੰ ਉਹਨਾਂ ਦੇ ਸਿੱਖ ਛੱਡ ਕੇ ਜਾ ਰਹੇ ਹਨ ਇਨਾਂ ਚਾਲੀ ਸਿੱਖਾਂ ਵਿੱਚੋਂ ਕੁਝ ਸਿੱਖ ਮਾਈ ਭਾਗੋ ਦੇ ਪਿੰਡ ਤੇ ਸਨ ਜਦ ਉਸ ਨੂੰ ਪਤਾ ਲੱਗਿਆ ਕਿ ਸਿੱਖ ਗੁਰੂ ਜੀ ਨੇ ਛੱਡ ਕੇ ਆ ਗਏ ਹਨ ਤਾਂ ਉਸ ਨੇ ਉਹਨਾਂ ਨੂੰ ਬਹੁਤ ਗੁੱਸਾ ਕੀਤਾ ਉਹਨਾਂ ਨੂੰ ਡਰਪੋ ਕਿਹਾ ਉਹਨਾਂ ਨੂੰ ਘਰ ਦਾ ਖਿਆਲ ਰੱਖਣ ਲਈ ਤਹਾ ਤਾਂ ਕਿ ਸਿੱਖ ਬੀਬੀਆਂ ਗੁਰੂ ਜੀ ਨਾਲ ਜਾ ਕੇ ਲੜ ਸਕਣ ਸਿੱਖਾਂ ਨੂੰ ਸ਼ਰਮ ਆਈ ਉਹਨਾਂ ਨੂੰ ਅਫਸੋਸ ਹੋਇਆ ਕਿ ਉਹ ਗੁਰੂ ਜੀ ਨੂੰ ਛੱਡ ਕੇ ਆ ਗਏ ਉਹ ਸਾਰੇ ਸਿੱਖ ਫਿਰ ਗੁਰੂ ਜੀ ਕੋਲ ਜਾਣ ਲਈ ਤਿਆਰ ਹੋ ਗਏ ਮਾਈ ਪਾਗੋ ਉਸ ਦਾ ਭਰਾ ਪਾਈਪਾਗ ਸਿੰਘ ਅਤੇ ਉਸ ਦਾ ਪਤੀ ਭਾਈ ਨਿਧਾਨ ਸਿੰਘ ਉਹਨਾਂ ਚਾਲੀ ਸਿੱਖਾਂ ਨੂੰ ਨਾਲ ਲੈ ਕੇ ਗੁਰੂ ਜੀ ਨੂੰ ਮਿਲਣ ਲਈ ਚੱਲ ਪਏ। ਔਰੰਗਜ਼ੇਬ ਨੇ ਗੁਰੂ ਜੀ ਨੂੰ ਸੁਨੇਹਾ ਭੇਜਿਆ ਕਿ ਜੇ ਉਹ ਕਿਲਾ ਛੱਡ ਕੇ ਜਾਣਾ ਚਾਹਣ ਤਾਂ ਜਾ ਸਕਦੇ ਹਨ। ਉਹਨਾਂ ਉੱਤੇ ਹਮਲਾ ਨਹੀਂ ਕੀਤਾ ਜਾਵੇਗਾ। ਕਿਲੇ ਵਿੱਚ ਪੰਜ ਪਿਆਰਿਆਂ ਨੇ ਗੁਰੂ ਜੀ ਨੇ ਹੁਕਮ ਦਿੱਤਾ ਕਿ ਉਹ ਕਿਲਾ ਛੱਡ ਕੇ ਚਲੇ ਜਾਣ। ਗੁਰੂ ਜੀ ਚਾਰ ਸਹਬਜ਼ਾਦਿਆਂ ਮਾਤਾ ਗੁਜਰੀ ਜੀ ਅਤੇ ਕੁਝ ਸਿੱਖਾਂ ਨੂੰ ਲੈ ਕੇ ਅਨੰਦਪੁਰ ਸਾਹਿਬ ਤੋਂ ਨਿਕਲੇ ਪਰ ਮੁਗਲ ਫੌਜਾਂ ਨੇ ਉਹਨਾਂ ਦੇ ਕਿਲੇ ਤੋਂ ਨਿਕਲਦੇ ਹੀ ਹਮਲਾ ਕੀਤਾ ਗੁਰੂ ਜੀ ਸਹਬਜ਼ਾਦਾ ਅਜੀਤ ਸਿੰਘ ਸਹਬਜ਼ਾਦਾ ਜੁਝਾਰ ਸਿੰਘ ਅਤੇ ਕੁਝ ਸਿੱਖ ਚਮਕੌਰ ਵੱਲ ਚਲੇ ਗਏ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਵਜ਼ੀਰ ਖਾਨ ਨੇ ਫੜ ਲਿਆ ਵੱਡੇ ਸਹਬਜ਼ਾਦੇ ਚਮਕੌਰ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਛੋਟੇ ਸਹਿਬਜ਼ਾਦੇ ਵੀ ਸ਼ਹੀਦ ਕੀਤੇ ਗਏ ਮਾਤਾ ਗੁਜਰੀ ਜੀ ਵੀ ਠੰਡੇ ਬੁਰਜ ਵਿੱਚ ਅਕਾਲ ਚਲਾਣਾ ਕਰ ਗਏ ਜਦ ਮਾਈ ਪਾਗੋ ਅਤੇ ਉਸਦੇ ਸਾਰੇ ਜਥੇ ਨੂੰ ਇਹ ਸਭ ਸ਼ਹੀਦੀਆਂ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਮੁਗਲਾਂ ਦੀ ਫੌਜ ਦਾ ਮੁਕਾਬਲਾ ਖਿਦਰਾਣਾ ਵਿੱਚ ਕੀਤਾ ਉੱਥੇ ਬਹੁਤ ਵੱਡੀ ਲੜਾਈ ਹੋਈ ਮਾਈ ਪਾਗੋ ਦੇ ਨਾਲ 40-42 ਸਿੱਖ ਸਨ ਉਹਨਾਂ ਨੇ ਕਈ ਹਜ਼ਾਰ ਮੁਗਲ ਮਾਰੇ ਮੁਗਲ ਡਰ ਕੇ ਭੱਜ ਗਏ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਲੜਾਈ ਦਾ ਪਤਾ ਲੱਗਿਆ ਤਾਂ ਉਹ ਖਿਦਰਾਣੇ ਆਏ। ਉੱਥੇ ਮਾਈ ਭਾਗੋ ਦਾ ਭਰਾ ਭਾਈ ਭਾਗ ਸਿੰਘ ਉਸ ਦਾ ਪਤੀ ਭਾਈ ਨਿਧਾਨ ਸਿੰਘ ਅਤੇ 39 ਮੁਖਤੇ ਸ਼ਹੀਦੀ ਪਾ ਗਏ ਸਨ। ਪਰ ਭਾਈ ਮਹਾ ਸਿੰਘ ਜਿਸ ਨੇ ਬਿਦਾਵਾ ਲਿਖਿਆ ਸੀ, जख्मी ਸੀ ਪਰ ਹਾਲੇ ਜਿਉਂਦਾ ਸੀ। ਉਸ ਨੇ ਗੁਰੂ ਜੀ ਨੂੰ ਆਪਣੇ ਕੋਲ ਦੇਖਿਆ ਤਾਂ ਉਸ ਨੇ ਮਾਫੀ ਮੰਗੀ। ਉਸ ਨੇ ਗੁਰੂ ਜੀ ਨੂੰ ਬੇਇੰਤਿਗੀ ਕੀਤੀ ਕਿ ਉਸ ਉਸ ਉਹ ਬਦਵਾ ਪਾੜ ਦੇਣ ਥੀ ਸ਼ੁਡ ਬੀ ਉਹ ਚੇਂਜ ਕਰ ਲੈਣਾ ਠੀਕ ਹੈ ਗੁਰੂ ਜੀ ਨੇ ਉਹਨਾਂ 40 ਮੁਕਤੀਆਂ ਨੂੰ ਮਾਫ ਕਰ ਦਿੱਤਾ ਇਸ ਲਈ ਉਹਨਾਂ ਨੂੰ ਚਾਲੀ ਮੁਕਤੇ ਕਿਹਾ ਜਾਂਦਾ ਹੈ ਖਿਦਰਾਣਾ ਦਾ ਨਾਮ ਮੁਕਤ ਸਰ ਪੈ ਗਿਆ ਮੁਕਤ ਮੀਨਸ ਫਰੀ ਮਾਈ ਪਾਗੋ ਨੂੰ ਗੁਰੂ ਜੀ ਆਪਣੇ ਨਾਲ ਲੈ ਗਏ ਉਸ ਦੀ ਦੇਖਪਾਲ ਕੀਤੀ ਮਾਈ ਪਾਗੋ ਗੁਰੂ ਜੀ ਦੇ ਨਾਲ ਲੰਡੇੜ ਗਈ ਉਹ ਗੁਰੂ ਜੀ ਦੀ ਰਖੀਅਕ ਬਣ ਕੇ ਰਹੀ ਪਾਡੀਗਾਰਡ ਉਹ ਗੁਰੂ ਗੁਬਿੰਦ ਗੁਰੂ ਗੁਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਮਾਈਪਾ ਗੋਜੀ ਜਿਨਵਾੜੇ ਚਲੇ ਗਏ ਉੱਥੇ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਤਪਸਥਾਨ ਬਣਿਆ ਹੋਇਆ ਹੈ ਨੰਦੇੜ ਵਿੱਚ ਉਹਨਾਂ ਦੇ ਰਹਿਣ ਦੇ ਸਥਾਨ ਦੀ ਥਾਂ ਤੇ ਬੂੰਗਾ ਪਾਈ ਮਾਗੋ ਬਣ ਪਾਈ ਮਾਈਪਾ ਗੋ ਬਣਿਆ ਹੋਇਆ ਹੈ ਸੋ ਥਿਸ ਵਾਸ ਅ ਲੌਂਗ 에ਸੇ 709 ਵਰਡਸ ਬਰਸਨ ਇੰਪੋਰਟੈਂਟ ਹਿਸਟਰੀ ਲੈਸਨ ਅਮ ਰੀਡ ਅਗੇਨ Um, see how much you understand. Um, watch her her uh, video. I think there are her videos available online too. So, timer set karo, elek the bara pardo, kin name into ਮੰਗਲਵਾਰ ਘਰ ਦਾ ਕੰਮ ਐਨਾ ਪ੍ਰਸ਼ਨਾਂ ਦੇ ਉੱਤਰ ਲਿਖੋ ਵੀਰਵਾਰ ਐਨਾ ਪ੍ਰਸ਼ਨਾਂ ਦੇ ਉੱਤਰ ਲਿਖੋ ਬੁੱਧਵਾਰ ਵੀਰਵਾਰ ਮਾਈਪਾਗੋ ਦੀ ਵੀਡੀਓ ਦੇਖੋ ਕੋਈ ਤਿੰਨ ਨਵੀਆਂ ਗੱਲਾਂ ਉਸ ਬਾਰੇ ਲਿਖੋ ਜਿਹੜੀਆਂ ਇਹਦੇ ਵਿੱਚ ਨਹੀਂ ਲਿਖੀਆਂ ਠੀਕ ਹੈ ਸੋ ਦੈਟਸ ਹਾਊ ਯੂ ਵਿਲ ਲਰਨ ਥਿਸ ਹਿਸਟਰੀ ਇਜ਼ ਏਨ ਇੰਪੋਰਟੈਂਟ ਪਾਰਟ ਆਫ ਚਾਲੀ ਮੁਖਤੇ ਐਂਡ ਮਾਈਪਾਗੋ ਐਂਡ ਹਾਊ ਸ਼ੀ ਸੈਕਰੀਫਾਈਸਡ ਹਰ ਹੋਲ ਫੈਮਿਲੀ ਇਨਕ੍ਰੈਡੀਬਲ ਰਾਈਟ ਐਂਡ ਆਈ ਵਿਲ ਸੀ ਯੂ ਇਨ ਦ ਨੈਕਸਟ ਲੈਸਨ ਅੰਟਿਲ ਦੈਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ